ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਵਾਰਨਿੰਗ ਤੇ ਵਾਰਨਿੰਗ ਮੈਂ ਦੇਈ ਜਾ ਰਿਹਾ ਵਾਂ ਮਿਸਤਰੀ ਮਜ਼ਦੂਰਾਂ ਨੂੰ, ਤੇ ਉਹਨਾਂ ਨੇ ਵੀ ਕਸਮ ਖਾਧੀ ਆ ਕਿ ਅਸੀਂ ਨਹੀਂ ਜਾਣਾ ਹੈ। ਬਹੁਤ ਹੋ ਗਿਆ, ਹੁਣ ਮੈਂ ਇਸ ਠੇਕੇਦਾਰ ਨੂੰ ਕਹਿਣਾ ਹੀ ਨੀਗਾ, ਅੱਜ ਮੈਂ ਕਿਸੇ ਹੋਰ ਨੂੰ ਕਹਿ ਦੇਣਾ, ਕੱਲ ਨੂੰ ਉਹ ਹੀ ਆਣਗੇ। ਹੁਣ ਕੱਲ ਨੂੰ ਇਹਨਾਂ ਨੇ ਆਉਣਾ ਵੀ ਹੋਇਆ ਤੇ ਮੈਂ ਇਹਨਾਂ ਨੂੰ ਭਾਈ ਨਹੀਂ ਕਹਿਣਾ, ਮੈਂ ਇਹਨਾਂ ਕੋਲ ਕੰਮ ਕਰਾਉਣਾ ਹੀ ਨੀਗਾ। ਹੁਣ ਦੂਸਰੀ ਗੱਲ, ਅੱਜ ਮੈਂ ਖੋੜਿਆਂ ਵਾਲੇ ਜਾਣਾ ਵਾਂ। ਖੋੜਿਆਂ ਵਾਲੇ ਇੱਕ ਨਿੱਕਾ ਜਿਹਾ ਕੰਮ ਆ, ਉੱਥੋਂ ਖੋੜਿਆਂ ਵਾਲਿਓਂ ਹੋ ਕੇ ਅਤੇ ਵਾਪਸੀ ਫਿਰ ਮੋਬਾਈਲ ਦੋ ਜਿਹੜੇ ਮਾਨੀ ਬਈ ਲੈ ਕੇ ਆਇਆ ਸਹੀ ਕਰਾਉਣੇ ਸੀਗੇ, ਉਹ ਮੋਬਾਈਲ ਦੇਣ ਜਾਣੇ ਨੇ। ਅਤੇ ਮੋਬਾਈਲਾਂ ਦਾ ਦੇਖੋ ਹੁਣ ਕੀ ਬਣਦਾ। ਮੋਬਾਈਲਾਂ ਦਾ ਵੈਸੇ ਐਡਾ ਕੋਈ ਮਸਲਾ ਨਹੀਂ ਹੈ, ਉੱਥੋਂ ਪਿੰਡ ਵੀ ਜਾਣੇ ਸੀ ਪਰ ਉੱਥੇ ਕੋਈ ਮਕੈਨਿਕ ਬਹਿੰਦਾ ਨਹੀਂ ਸਵਾਦ ਦਾ, ਤਦ ਕਰਕੇ ਇੱਥੇ ਸ਼ਹਿਰ ਲੈ ਕੇ ਆਏ ਹਾਂ। ਚੱਲਦੇ ਹਾਂ, ਪਹਿਲੇ ਮੋਬਾਈਲ ਦਿੰਦੇ ਹਾਂ, ਮੋਬਾਈਲ ਦੇ ਕੇ ਫਿਰ ਅੱਗੇ ਨਿਕਲਦੇ ਹਾਂ, ਦੇਖਦੇ ਹਾਂ ਕੀ ਸੂਰਤ ਹਾਲ ਆ। ਫਰਾਰੀ ਆਪਣੀ ਨੂੰ ਕੱਢ ਕੇ ਕੱਪੜਾ ਮਾਰ ਲਿਆ, ਮੋਬਾਈਲ ਹੱਥ 'ਚ ਕਰ ਲਏ ਨੇ, ਬਸ ਇੰਤਜ਼ਾਰ ਕਰ ਰਿਹਾ ਵਾਂ। ਭਾਈ ਸ਼ਬੀਰ ਦਾਰਾਂ ਨੂੰ ਕਾਲ ਕੀਤੀ ਆ, ਰੋਟੀ ਖਾ ਰਹੇ ਆ ਰਹੇ ਆ ਤੇ ਫਿਰ ਨਿਕਲ ਜਾਣਾ ਅਸੀਂ। ਗਰਮੀ ਵਾਹ ਵਾਹ ਯਾ, ਮੇਰਾ ਮੂਡ ਸੀਗਾ ਕਿ ਖੋੜਿਆਂ ਵਾਲਿਓਂ ਹੋ ਕੇ ਆ ਕੇ ਅਤੇ ਅੱਜ ਥਾਣੇ ਵੀ ਚੱਕਰ ਲਾਵਾਂ, ਵਾਹ ਵਾਹ ਦੇਰ ਹੋ ਗਈ ਥਾਣੇ ਨਹੀਂ ਗਿਆ, ਅਤੇ ਅਗਰ ਟਾਈਮ ਨਿਕਲਿਆ ਤਾਂ ਵਾਪਸੀ ਜਾਵਾਂਗੇ ਥਾਣੇ ਵੀ, ਉੱਥੇ ਦੀ ਵੀ ਸੂਰਤ ਹਾਲ ਜਾ ਕੇ ਪੁੱਛੀਏ ਉਹ ਕੀ ਕਹਿੰਦੇ ਆ। ਬੰਨਿਆ ਤਾਂ ਮੈਨੂੰ ਹਾਥੀ ਦੇ ਆਹੋ ਉਹਦੇ ਨਾਲ ਹੀ ਆ, ਕੰਮ ਤਾਂ ਮੇਰਾ ਨਹੀਂ ਇਹ ਕਰਦੇ, ਪਰ ਜਾਣਾ ਤਾਂ ਮਜਬੂਰੀ ਆਣਾ ਕਿਸੇ ਤਰੀਕੇ ਨਾਲ, ਕੋਈ ਨਾ ਕੋਈ ਹਿਸਾਬ ਕਿਤਾਬ ਤਾਂ ਲਾਉਣਾ ਹੀ ਆਣਾ। ਬਹੁਤੀ ਦੇਰ ਥਾਣੇ ਨਾ ਜਾਓ ਤਾਂ ਵੀ ਕੇਸ ਜਾਂਦਾ ਰਹਿੰਦਾ ਹੱਥੋਂ, ਜੇ ਥਾਣੇ ਜਾਓ ਤਾਂ ਵੀ ਕੰਮ ਨਹੀਂ ਹੁੰਦਾ। ਫਾਈਨਲੀ ਜੀ ਭਾਈ ਸ਼ਬੀਰ ਆ ਗਏ ਆ, ਹੁਣ ਸਾਡੇ ਜਾਣ ਦਾ ਟਾਈਮ ਹੋ ਗਿਆ। ਅੱਜ ਕੰਮ ਕਿਤੇ ਲੰਬਾ ਹੀ ਗਏ ਸੀਗੇ, ਬਸ ਜ਼ਰਾ ਕੰਮ ਗਿਆ ਸੀ, ਫਿਰ ਕੰਮ ਸ਼ੰਮ ਕਰਕੇ ਤੇ ਫਿਰ ਆ ਗਿਆ ਵਾਂ, ਚੱਲ ਵੀ ਚੱਲੀਏ ਹੁਣ, ਤੇਰਾ ਕੰਮ ਨਿਬੇੜੀ ਅੱਲਾ ਖੈਰ। ਆ ਫਾੜ ਲਓ ਫਿਰ, ਇਹ ਕਿੱਥੋਂ ਆਇਆ ਮਾਲ ਹੀ ਮਾਲ ਆ ਗਿਆ, ਮਨ ਸਲਵਾਈ ਉੱਤਰ ਗਿਆ ਇੱਕ ਵਾੜ 'ਚ ਵੇਚਣੇ। ਠੀਕ ਆ, ਹੁਣ ਅਸੀਂ ਨਿਕਲਦੇ ਹਾਂ ਫਿਰ। ਗਲੇ ਤੋਂ ਲਗਨਾ ਹੈ ਉਸੇ ਕੋ ਅਭੀ ਲਗ ਜਾਏ, ਯਹੀ ਨਾ ਹੋ ਮੇਰਾ ਉਸਕੇ ਬਗੈਰ ਜੀ ਲਗ ਜਾਏ, ਮੈਂ ਆ ਰਹਾ ਹੂੰ ਤੇਰੇ ਪਾਸ, ਯੇ ਨਾ ਹੋ ਕਿ ਕਹੀਂ ਤੇਰਾ ਮਜ਼ਾਕ ਹੋਰ ਮੇਰੀ ਜ਼ਿੰਦਗੀ ਲਗ ਜਾਏ। ਲਓ ਜੀ, ਤੁਹਾਨੂੰ ਮੈਂ ਦੱਸਦਾ ਸ਼ੁਗਲ ਦੀ ਗੱਲ, ਪਿਛਲੇ ਤਕਰੀਬਨ ਅੱਧਾ ਘੰਟਾ 40 ਮਿੰਟ ਹੋ ਗਏ ਇੱਥੇ ਖੋੜਿਆਂ ਵਾਲੇ ਆ ਕੇ ਖੜ੍ਹੇ ਆ, ਅਤੇ ਜਿਹਨੂੰ ਅਸੀਂ ਮਿਲਣਾ ਉਹ ਫੋਨ ਨਹੀਂ ਚੁੱਕਣ ਦਿਆ। ਮੈਂ ਤਾਂ ਦੇਣਾ ਸੀ ਤੁਹਾਨੂੰ ਸਰਪ੍ਰਾਈਜ਼, ਸਰਪ੍ਰਾਈਜ਼ ਇਹ ਸੀਗਾ ਕਿ ਇੱਥੇ ਇੱਕ ਬੰਦੇ ਨੇ ਆਮ ਸਿਆਮੀ ਨਸਲ ਦੀਆਂ ਰੱਖੀਆਂ ਸੀ ਮੁਰਗੀਆਂ, ਮੇਰੀ ਸਲਾਹ ਸੀ ਉਹਨਾਂ 'ਚੋਂ ਇੱਕ ਅੱਧਾ ਜੋੜਾ ਲੈ ਕੇ ਜਾਵਾਂ, ਉਹ ਮੈਂ ਓਲੈਕਸ 'ਤੇ ਦੇਖਿਆ ਸੀ, ਕਹਿੰਦਾ ਭਾਈ ਮੈਂ ਡਿਲੀਵਰੀ ਲਵਾ ਦਿੰਦਾ ਵਾਂ, ਮੈਂ ਕਿਹਾ ਨਹੀਂ ਮੈਂ ਆ ਕੇ ਦੇਖ ਕੇ ਲਾਂਗਾ, ਹੁਣ ਇੱਥੇ ਆ ਗਿਆ ਸਾਲਾ ਫੋਨ ਨਹੀਂ ਚੁੱਕਣ ਦਿਆ, ਸਾਡਾ ਪ੍ਰੋਗਰਾਮ ਦੇ ਨੇ ਵਾੜਤਾ, ਪ੍ਰੋਗਰਾਮ ਕੀ ਵੜਿਆ, ਉਹ ਕਹਿੰਦੇ ਨਹੀਂ ਸਰਪ੍ਰਾਈਜ਼ ਤੋਂ ਵੜ ਗਿਆ, ਸਰਪ੍ਰਾਈਜ਼ ਮੇਰਾ ਵੜ ਗਿਆ, ਖੋੜੇ ਵਾਲੇ ਆ ਕੇ ਖਲੋਤਾ ਬੜੀ ਦੇਰ ਦਾ। ਅਸੀਂ ਹੁਣ ਸਲਾਹ ਬਣਾਈ ਆ ਫਿਰ ਚੱਲੀਏ, ਮੈਨੂੰ ਲੱਗਦਾ ਉਹ ਕੋਈ ਗੇੜੇਬਾਜ਼ ਸੀਗਾ, ਓਲੈਕਸ ਉਹਨੇ ਐਡ ਲਾਇਆ ਸੀਗਾ, ਉਹ ਕਹਿੰਦਾ ਜੀ ਮੈਂ ਹਾਫ ਪੇਮੈਂਟ ਪਹਿਲਾਂ ਦੇ ਦਿਓ, ਮੈਂ ਤੁਹਾਨੂੰ ਸ਼ਾਇਦ ਭੇਜ ਦਿੰਦਾ ਵਾ, ਬਾਕੀ ਡਿਲੀਵਰੀ ਤਾਂ ਦੇ ਦਿਓ। ਅਸੀਂ ਆ ਗਏ ਕਿ ਨਹੀਂ ਦੇਖ ਕੇ ਪਸੰਦ ਕਰਕੇ ਲਾਂਗੇ, ਭਾਈ ਸ਼ਬੀਰ ਕਹਿੰਦਾ ਐਵੇਂ ਗੇੜਾ ਹੀ ਪਿਆ ਵਾ, ਉਹ ਫਰਾਡੀਆ ਵਾ, ਆਪਾਂ ਚੱਲੀਏ, ਹੁਣ ਸਾਡਾ ਜਾਣਾ ਹੀ ਬਣਦਾ। على عهد قناديني على ارض تلاقيني انا الاهلي انا فديهم انا دمي فلسطيني فلسطيني فلسطيني। فائنلی جی اسی آ گئے ہیں گھر، بھائی کو دلے دا بچہ سی گا ساتھ کے، ساڈا فون ہی نہیں چکیا مڑ کے، پھر نمبر بند کر گیا۔ ਇੱਕ ਗੱਲ ਯਾਦ ਰੱਖਿਓ ਕਿ ਓਲੈਕਸ ਦੇ ਉੱਤੇ ਅਗਰ ਕੋਈ ਬੰਦਾ ਤੁਹਾਨੂੰ ਕਹੇ ਕਿ ਹਾਫ ਪੇਮੈਂਟ ਲਵਾ ਦਿਓ, ਮੈਂ ਤੁਹਾਨੂੰ ਸ਼ੈ ਭੇਜ ਦਿੰਦਾ ਵਾਂ, ਬਾਕੀ ਪੇਮੈਂਟ ਤੁਸੀਂ ਡਿਲੀਵਰੀ 'ਤੇ ਦੇ ਦਿਓ, ਤੁਸੀਂ ਉਹਨੂੰ ਪੇਮੈਂਟ ਨਹੀਂ ਲਵਾਉਣੀ, ਤੁਸੀਂ ਆਪ ਜਾਓ ਸ਼ੈ ਦੇਖੋ ਪਸੰਦ ਕਰੋ ਲਵੋ। ਹੁਣ ਮੈਨੂੰ ਕਹੀ ਜਾਂਦਾ ਸੀਗਾ ਕਿ ਤੂੰ 5000 ਲਵਾ ਦੇ, ਬਾਕੀ ਫਿਰ ਮੈਂ ਤੈਨੂੰ ਭੇਜ ਦਿੰਦਾ ਵਾ ਡਿਲੀਵਰੀ, ਫਿਰ ਤੈਨੂੰ ਪਸੰਦ ਆਏਗਾ ਲੈ ਲਈ। ਮੈਂ ਤਾਂ ਗਿਆ, ਮੈਂ ਕਿਹਾ ਚੱਲ ਯਾਰ ਵੀਡੀਓ ਬਣ ਜਾਏਗੀ, ਸਰਪ੍ਰਾਈਜ਼ ਹੋ ਜਾਏਗਾ,
ਮੈਂ ਤਾਂ ਤੁਹਾਡਾ ਕਰਕੇ ਗਿਆ ਸੀ ਐਡੀ ਦੂਰ, ਆ ਘਰ ਕੇ ਥੱਕ ਥਕਾ ਕੇ ਵਾਪਸ ਆ ਗਏ ਹਾਂ। ਮੋਟਰਸਾਈਕਲ ਦਾ ਸਫ਼ਰ ਐਡਾ ਲੰਬਾ ਤੁਹਾਨੂੰ ਲੱਗ ਪਤਾ ਗਿਆ। ਹੁਣ ਗੱਲ ਇੱਦਾਂ ਵਾ ਕਿ ਮੋਬਾਇਲ ਜਾਂਦੇ ਮੈਂ ਘਰ ਰੱਖ ਗਿਆ ਨਹੀਂ ਸੀ ਲੈ ਗਿਆ, ਮੈਨੂੰ ਇਹ ਸੀਗਾ ਮੈਂ ਕਿਹਾ ਉੱਥੇ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਕਿੰਨਾ ਨਹੀਂ। ਹੁਣ ਸ਼ਾਮ ਪੈਣ ਦੀ ਆ, ਥਾਣੇ ਤਾਂ ਜਾਇਆ ਨਹੀਂ ਜਾਣਾ, ਅਤੇ ਮੋਬਾਇਲ ਕੱਢ ਕੇ ਅਤੇ ਲੈ ਕੇ ਜਾਂਦਾ ਵਾ, ਥੋੜ੍ਹੀ ਦੇਰ ਬਾਅਦ ਕੋਈ ਆਰਾਮ ਕਰ ਲਵਾਂ ਕੋਈ ਥੋੜ੍ਹੀ ਦੇਰ 10-15 ਮਿੰਟ ਅੱਧਾ ਘੰਟਾ, ਫਿਰ ਉਹ ਤੋਂ ਬਾਅਦ ਜਾਂਦੇ ਹਾਂ। ਆਰਾਮ ਕਰ ਲਿਆ ਜਿਹੜਾ 2 ਘੰਟੇ ਕਰਨਾ ਸੀਗਾ, ਮੋਬਾਇਲ ਅੱਜ ਕਰ ਲਿਆ। ਹੁਣ ਮੈਂ ਚੱਲਾਂ ਵਾਂ ਬਾਜ਼ਾਰ, ਇਹਨਾਂ ਨੂੰ ਲੈ ਕੇ ਫੋਨ 'ਤੇ ਫੋਨ ਕਰੀ ਜਾਣਦੇ ਮਾਨੀ ਭਾਈ ਕਿ ਚੈੱਕ ਕਰਾ ਲਾ, ਨਿਆਣੇ ਮੇਰੇ ਲੜਦੇ ਰੋਂਦੇ। ਰਾਹ 'ਚੋਂ ਜਾਂਦੇ ਹਾਂ ਭਾਈ ਸ਼ਬੀਰ ਨੂੰ ਚੁੱਕਣਾ, ਰਸਤੇ 'ਚ ਨਾਲ ਦੀ ਕਲੋਨੀ 'ਚ ਪਾਰਕ ਆ ਉੱਥੇ ਖੜ੍ਹੇ ਨੇ, ਉਹਨਾਂ ਨੂੰ ਚੁੱਕ ਕੇ ਅਤੇ ਫਿਰ ਸਿੱਧੇ ਨੂਰਪੁਰ। ਭਾਈ ਸ਼ਬੀਰ ਨੂੰ ਤਾਂ ਲੱਭ ਲਿਆ ਵਾ ਪਰ ਇਹ ਜਾ ਕਹਿੰਦੇ ਮੈਂ ਨਹੀਂ ਜਾਣਾ, ਹੁਣ ਬਹੁਤ ਖੱਪ ਲਿਆ, ਇੱਥੇ ਪਾਰਕ 'ਚ ਬੈਠੇ ਸੀ ਆਰਾਮ ਦੇ ਨਾਲ ਹੈ। ਮੈਂ ਕਿਹਾ ਆਇਓ ਚੱਲੀਏ, ਕਹਿੰਦੇ ਨਾ ਹੁਣ ਨਹੀਂ। ਮੈਂ ਕਿਹਾ ਆਇਆ ਤਾਂ ਆਇਆ ਹੀ ਹਾਂ, ਜਾਂਦਾ ਜਾਂਦਾ ਰਾਣੀ ਨੂੰ ਕੱਢ ਲਵਾਂ। ਬੂਹਾ ਖੜਕਾਇਆ, ਦੇਖੋ ਆਉਂਦਾ ਕਿ ਨਹੀਂ ਆਉਂਦਾ, ਫੋਨ 'ਤੇ ਨਹੀਂ ਉਤਰ ਲਿਆ। ਰਿਆਨ ਬਾਈ ਕੀ ਹਾਲ ਆ, ਠੀਕ ਹੋ? ਰਾਣਾ ਨਹੀਂ ਮੈਨੂੰ ਲੱਭਾ, ਵਾਲੇਕੁਮ ਸਲਾਮ ਸਾਡੇ ਰਿਆਨ ਬਾਈ, ਠੀਕ ਹੈ? ਸ਼ੁਕਰ ਅੱਲਾ ਬਾਈ, ਸਭ ਠੀਕ ਠਾਕ। ਕਿੱਧਰ ਘੁੰਮ ਰਹੇ ਹੋ? ਘੁੰਮਣਾ ਘੁੰਮਾਉਣਾ ਕਿੱਥੇ ਆ, ਤੇਰੇ ਕੋਲ ਹੀ ਆਇਆ ਸਿੱਧਾ। ਰਾਣਾ ਸਾਨੂੰ ਲੱਭਾ ਨਹੀਂ, ਮੈਂ ਫਿਰ ਆਪ ਹੀ ਆ ਗਿਆ। ਮੈਂ ਕਿਹਾ ਹੁਣ ਕੀ ਕਰਨਾ, ਚੈੱਕ ਕਰੋ ਰਿਆਨ ਬਾਈ ਕੀ ਕਰ ਰਹੀ ਹੈ। ਮਸਲਾ ਇਹ ਆ, ਇੱਕ ਮੋਬਾਈਲ ਦਾ ਟੱਚ ਉਖੜਿਆ ਥੋੜ੍ਹਾ ਜਿਹਾ, ਉਹ ਸਾਲਾ ਵੀ ਨੱਸਦਾ ਭੱਜਦਾ ਰਹਿੰਦਾ। ਦੂਸਰਾ ਵਾ ਜਿਹੜਾ ਇਹਦਾ ਮਤਲਬ ਕਿ ਸਕਰੀਨ ਔਨ ਹੁੰਦੀ ਆ, ਟੱਚ ਨਹੀਂ ਵਰਕਿੰਗ ਕਰ ਰਿਹਾ। ਇਹਨਾਂ ਦਾ ਕਰੋ ਕੋਈ ਹੱਲ, ਦੱਸੋ ਮੈਨੂੰ ਹੁਣ ਕੋਈ ਵੇਖ ਕੇ ਨਾ। ਸਪਨਾ ਟੁੱਟਾ, ਮੇ ਬੀ ਇਹੀ ਹੋ ਸਕਦਾ। ਆ ਇੱਕ ਮੋਬਾਈਲ ਨੂੰ ਇਹਨੇ ਅਲਫੀ ਉਲਫੀ ਲਾ ਕੇ ਨਾ ਅਤੇ ਟੇਪਾਂ ਸ਼ੇਪਾਂ ਲਾ ਦਿੱਤੀਆਂ। ਮੈਂ ਕਿਹਾ ਇਹਨੂੰ ਰਬਟਾਂ ਲਾ ਦੇ, ਕਹਿੰਦਾ ਬਸ ਬਹੁਤ ਆ, ਇੱਦਾਂ ਹੀ ਹੋ ਜਾਣਾ। ਦੂਸਰਾ ਚੋਰੀ ਕਹਿੰਦਾ ਮੈਂ ਕਰਦਾ ਸਹੀ ਕਰਕੇ ਦੱਸਦਾ। ਸਪਨਾ ਟੁੱਟਾ ਹੈ ਤੋ ਦਿਲ ਅਭੀ ਚਲਤਾ ਹੈ। ਬੈਠਿਆਂ ਬੈਠਿਆਂ ਮਿਸਤਰੀ ਨੂੰ ਕਾਲ ਕੀਤੀ ਆ, ਸੁਬਹਾ ਇੱਕ ਨਵਾਂ ਮਿਸਤਰੀ ਆਏਗਾ ਇਨਸ਼ਾਅੱਲਾ, ਕੱਲ੍ਹ ਤੋਂ ਕੰਮ ਤੋਰਾਂਗੇ ਆਪਣਾ। ਫਿਰ ਕੀ ਬਣਿਆ ਮੋਬਾਈਲ ਦਾ? ਯੂਨਿਟ ਖਰਾਬ ਹੋ ਗਿਆ, ਚੇਂਜ ਹੋਏਗਾ ਮੋਬਾਈਲ ਲੈ ਕੇ ਨਹੀਂ ਆਪਾਂ ਤਾਂ ਦੁਕਾਨ ਤੇ ਆਇਆ ਨਾ, ਜਿੱਦਾਂ ਤੁਸੀਂ ਕਹੋ ਜੇ ਖੋਲਣਾ ਕਿ ਚਲਾਵਾ ਕੀ ਕੀ ਲੱਗਿਆ ਨਾ ਜੋ ਪਾਸਵਰਡ ਦੇ। ਚਲ ਠੀਕ ਹੈ, ਸ਼ਾਮ ਨੂੰ ਮਿਲਦੇ ਹਾਂ, ਕਰਦੇ ਜਾਈਂ। ਦੂਸਰੇ ਮੋਬਾਈਲ ਦਾ ਜਾਂਦਾ ਰਿਹਾ ਯੂਨਿਟ, ਇਹ ਮਿਲੇਗਾ ਹੁਣ ਕੱਲ ਨੂੰ, ਕੱਲ ਨੂੰ ਫਿਰ ਚੱਕਰ ਲਾਣਾ ਪਏਗਾ। ਚਲੋ ਕੱਲ ਨੂੰ ਸਹੀ ਹੋਣਾ। ਫਾਈਨਲੀ ਜੀ ਇੱਕ ਮੋਬਾਈਲ ਸਹੀ ਕਰਾ ਕੇ ਮੈਂ ਲੈ ਨਾਲ ਹੀ, ਅਤੇ ਇੱਕ ਮੋਬਾਈਲ ਦੇ ਆਇਆ ਸਹੀ ਕਰਨ। ਬਸ ਹੋ ਗਏ ਅੱਜ ਸਾਰਾ ਦਿਨ 'ਚ ਕੀਤਾ ਕਤਾਇਆ ਕੱਖ ਵੀ ਨਹੀਂ, ਤਾਂ ਰੋਡੋ ਰੋਡ ਫਿਰ ਛੱਡਿਆ, ਅਤੇ ਮੈਨੂੰ ਲੱਗਦਾ ਕਿ ਅੱਜ ਲਈ ਇੰਨਾ ਹੀ ਬਹੁਤ ਆ। ਆਪਣੇ ਭਰਾ ਨੂੰ ਦਿਓ ਇਜਾਜ਼ਤ, ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਵੀਡੀਓ ਨੂੰ ਸ਼ੇਅਰ ਕਰ ਦੇਣਾ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਅੱਲਾ ਹਾਫਿਜ਼।